ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਕੁਝ ਨੌਜਵਾਨ ਬਾਈਕ ਤੇ ਗਲੀ ਚ ਆਉਂਦੇ ਨੇ ਤੇ ਕੁਝ ਹੀ ਸਮੇਂ ਬਾਅਦ ਇੱਕ ਨੌਜਵਾਨ ਨੂੰ ਕੁੱਟਦੇ ਹੋਏ ਗਲੀ ਚੋਂ ਬਾਹਰ ਆ ਜਾਂਦੇ ਨੇ। ਦੱਸਦੇ ਕਿ ਬੀਤੀ ਰਾਤ ਇੱਕ ਸਟੂਡੈਂਟ ਆਗੂ ਨਵਦੀਪ ਤੇ 20-25 ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਉਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਨੌਜਵਾਨ ਉੱਥੋਂ ਫਰਾਰ ਹੋ ਗਏ ਸਨ। ਇਸ ਦੇ ਵਿਰੋਧ ਚ ਅੱਜ ਕਮਿਸ਼ਨਰ ਦਫ਼ਤਰ ਬਾਹਰ ਕੁਝ ਸਟੂਡੈਂਟ ਜਥੇਬੰਦੀਆਂ ਵੱਲੋਂ ਧਰਨੇ ਲਗਾਏ ਗਏ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਸਟੂਡੈਂਟ ਲੀਡਰ ਦੀਪਕ ਨੇ ਦੱਸਿਆ ਕਿ ਇਹਨਾਂ ਹਮਲਾਵਰਾਂ ਵੱਲੋਂ ਏਦਾਂ ਹਮਲੇ ਕਰਕੇ ਸਟੂਡੈਂਟਾਂ ਦੀਆਂ ਆਵਾਜ਼ਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਕੰਮ ਦੇ ਪਿੱਛੇ ਮੌਜੂਦਾ ਸਰਕਾਰ ਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ 24 ਘੰਟਿਆਂ 'ਚ ਇਨਸਾਫ਼ ਦੀ ਮੰਗ ਵੀ ਕੀਤੀ ਹੈ। ਕਾਰਨ ਜੀ, ਜਿਹੜਾ ਰਾਤੀ ਨਵਦੀਪ ਦਕੋਹਾ ਤੇ ਜਾਨਲੇਵਾ ਹਮਲਾ ਹੋਇਆ, ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਜੇ ਗਰੀਬਾਂ ਦੀ, ਦਲਤਾਂ ਦੀ, ਪਛੜਿਆਂ ਦੀ ਆਵਾਜ਼ ਜੇ ਤੁਸੀਂ ਚੱਕਣੀ ਆ ਤਾਂ ਇਹਦਾ ਮਤਲਬ ਵੀ ਤੁਹਾਡੇ ਤੇ ਜਾਨਲੇਵਾ ਹਮਲਾ ਹੋਣਾ ਆ, ਤੁਹਾਨੂੰ ਜਾਨੋਂ ਮਾਰਿਆ ਜਾ ਸਕਦਾ। ਲੋਕ ਆਪਾਂ ਕਹਿੰਦੇ ਸੀ ਵੀ ਭਾਰਤ ਵਿੱਚ ਮੋਦੀ ਦੀ ਸਰਕਾਰ ਕਿਸੇ ਨੂੰ ਬੋਲਣ ਨਹੀਂ ਦਿੰਦੀ, ਤਾਂ ਮੈਂ ਸਮਝਦਾ ਕੈਪਟਨ ਸਾਹਿਬ ਤਾਂ ਚਾਰਲੀਆਂ ਉੱਤੇ ਟੱਪ ਗਏ। ਉਹ ਯਾਰ, ਤੁਸੀਂ ਬੋਲਣ ਦਾ ਫਰੀਡਮ ਆਫ ਸਪੀਚ ਆ, ਜੇ ਤੁਹਾਨੂੰ ਵਿਚਾਰਾਂ ਦਾ ਮੁਕਾਬਲਾ ਵਿਚਾਰਾਂ ਨਾ ਕਰੋ। ਅਸੀਂ ਕਦੀ ਤਾਂ ਕੁੱਤੇ 'ਤੇ ਸੋਟੀ ਨਹੀਂ ਮਾਰੀ। ਉਹ ਵਿਅਕਤੀ 'ਤੇ ਤੁਸੀਂ 20-25 ਬੰਦਿਆਂ ਤੋਂ ਹਮਲਾ ਕਰਵਾ ਤਾ। ਮੈਂ ਸਮਝਦਾ ਵੀ ਇਹ ਸਰਕਾਰ ਜ਼ਿੰਮੇਵਾਰ ਆ, ਇਹਦੇ ਪਿੱਛੇ ਮਾਸਟਰ ਮਾਈਂਡ ਲੋਕ ਹੋਰ ਆ। ਇੱਕ ਯੋਜਨਾ ਮੈਨੂੰ ਲੱਗਦਾ ਵੀ ਕਿਸੇ ਮੰਤਰੀ ਜਾਂ MLA ਜਾਂ ਕਾਂਗਰਸ ਕਿਸੇ ਦੇ ਦਫ਼ਤਰ 'ਚੋਂ ਘੜੀ ਗਈ ਆ। ਇਹਦੇ ਪਿੱਛੇ ਮੈਨੂੰ ਲੱਗਦਾ ਵੀ ਜਿਹੜਾ ਹਮਲਾਵਰ 3 ਫੜੇ ਆ, ਉਹ ਤਾਂ ਮੈਨੂੰ ਪਤਾ ਲੱਗਾ ਵੀ ਪੇਡ ਵਰਕਰ ਸੀਗੇ, ਵੀ ਪੈਸੇ ਲੈ ਕੇ ਉਹ ਜਿਹੜਾ ਕੰਮ ਕਰਨ ਆਏ ਸੀ। ਪੁਲਿਸ ਜੇ ਚਾਹੇ ਤਾਂ ਬਹੁਤ ਕੁਛ ਜਿਹੜਾ ਆ ਤਹਿ ਤੱਕ ਜਾ ਸਕਦੀ ਆ, ਮਤਲਬ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਮੈਨੂੰ ਲੱਗਦਾ ਵੀ ਸਰਕਾਰ ਦਾ ਦਬਾਅ ਆ ਵੀ ਮੇਨ ਜਿਹੜਾ ਆ ਬੰਦਿਆਂ ਤੱਕ ਨਾ ਪਹੁੰਚਿਆ ਜਾ ਸਕੇ। ਅਸਲ ਦੇ ਵਿੱਚ ਇਹ ਲੜਾਈ ਜਿਹੜੀ ਆ ਪੰਜਾਬ ਸਰਕਾਰ ਦੇ ਖਿਲਾਫ਼, ਜਦੋਂ ਨਵਦੀਪ ਦਕੋਹਾ ਨੇ ਸਾਧੂ ਸਿੰਘ ਧਰਮਸੋਤ ਦੇ ਖਿਲਾਫ਼ ਜਦੋਂ ਜ਼ਿਆਦਾ ਪ੍ਰਚਾਰ ਕੀਤਾ, ਤਾਂ ਉਸ ਤੋਂ ਬਾਅਦ ਹੀ ਉਹਨੂੰ ਥਰੈਟ ਜਿਹੜੀਆਂ ਕਾਲਸ ਆ ਰਹੀਆਂ ਸੀ। ਥੋੜ੍ਹੇ ਦਿਨ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਗਿਆ, ਉੱਥੋਂ ਵੀ NSUI ਦੇ ਕੁਝ ਵਿਅਕਤੀ ਉਹਨੂੰ ਥਰੈਟ ਕਰ ਰਹੇ ਸੀਗੇ ਅਤੇ ਉਹਨੇ ਇਗਨੋਰ ਕੀਤਾ ਵੀ ਚਲੋ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ, ਕੀ ਹੋ ਸਕਦਾ। ਪਰ ਬਹੁਤ ਤਕੜਾ ਹਮਲਾ ਹੋਇਆ, ਉਹ ਤਾਂ ਪਿੰਡ ਦੇ ਲੋਕ ਨਾ ਇਕੱਠੇ ਹੁੰਦੇ ਤਾਂ ਮੈਂ ਸਮਝਦਾ ਵੀ ਅਸੀਂ ਸ਼ਾਇਦ ਜੇ ਉਹਦੀ ਡੈੱਡ ਬੋਡੀ ਰੱਖ ਕੇ ਪ੍ਰਦਰਸ਼ਨ ਕਰਨਾ ਸੀਗਾ ਵੀ ਇਹੋ ਜਿਹਾ ਹਮਲਾ ਸੀਗਾ ਜਿੱਦਾਂ ਉਹਨੇ ਦੱਸਿਆ ਆ। 10-12 ਲੋਕ, ਉਸ ਵਿਅਕਤੀ ਦੀ 80% ਵਿਜੀਬਿਲਟੀ ਹੈ ਨਹੀਂ ਆਈ, ਵਿਜੀਬਿਲਟੀ ਉਹਨੂੰ ਇੰਨੀ ਪ੍ਰੋਬਲਮ ਆ, ਫਿਰ ਵੀ ਜਿਹੜਾ ਆ ਉਹਦੇ ਉੱਤੇ ਹਮਲਾ ਇੱਦਾਂ ਕਰਨਾ 15-16 ਜਣਿਆਂ ਤੋਂ, ਉਹਦੇ ਸਰੀਰ ਐਸਾ ਆ ਵੀ ਉਹਨੂੰ ਇੱਕ ਜਣਾ ਵਿਚਾਰਾ ਉਹਦੇ 'ਚ ਪੇੜ ਮਾਰ ਜਾਵੇ ਤਾਂ ਉਹਦੇ ਡਿੱਗ ਜਾਵੇ ਉਹ, ਅਤੇ 15-16 ਜਣਿਆਂ ਨੇ ਜਾਂ ਹਥਿਆਰਾਂ ਨਾਲ ਹਮਲਾ ਕਰਨਾ, ਮੈਂ ਸਮਝਦਾ ਵੀ ਇਹ ਬੜਾ ਮਾੜੀ ਗੱਲ ਆ, ਬੜਾ ਪੰਜਾਬ ਦੇ ਵਿੱਚ ਬਹੁਤ ਮਾੜਾ ਕੰਮ ਹੋਇਆ ਆ। ਜਿੱਦਾਂ ਤੁਸੀਂ ਦੱਸਿਆ ਨਵਦੀਪ ਨੂੰ ਕਾਲਾਂ ਆ ਰਹੀਆਂ ਸੀ, ਉਹਦੀ ਕੋਈ ਸ਼ਿਕਾਇਤ ਦਿੱਤੀ ਸੀ ਨਵਦੀਪ ਨੇ ਕਿਸੇ ਥਾਂ 'ਚ? ਨਵਦੀਪ ਨੇ ਕੋਈ ਕਾਲ ਇਹਦੀ ਸ਼ਿਕਾਇਤ ਨਹੀਂ ਸੀ ਦਿੱਤੀ। ਉਹਨੂੰ ਲੱਗਦਾ ਸੀ ਵੀ ਸ਼ਾਇਦ ਉੱਦਾਂ ਹੀ ਲੋਕ ਰੋਸ ਵਜੋਂ ਜਾਂ ਕੀ ਪਤਾ ਨਹੀਂ ਕੀ ਗੱਲ ਆ ਵੀ ਉੱਦਾਂ ਹੀ ਕਰਦੇ ਹੀ ਹੁੰਦੇ ਆ, ਆਗੂਆਂ ਨੂੰ ਰੋਜ਼ ਇੱਦਾਂ ਦੀਆਂ ਕਾਲਾਂ ਆਉਂਦੀਆਂ ਹੁੰਦੀਆਂ। ਨਵਦੀਪ ਨੇ ਧਿਆਨ ਨਹੀਂ ਕੀਤਾ, ਮੈਂ ਉਹਨੂੰ ਕਿਹਾ ਸੀ ਵੀ ਆਪਾਂ ਕੰਪਲੇਂਟ ਦੇਣੀ ਚਾਹੀਦੀ, ਆਪਾਂ ਨੂੰ ਇੱਕ ਮੁੰਡਾ ਹੋਰ ਆ ਇੱਥੇ ਵਿਕਾਸ, ਉਹਨੂੰ ਵੀ ਆਉਂਦੀਆਂ ਸੀ ਵਿਕਾਸ ਭਾਰਦਵਾਜ, ਇਹਨੂੰ ਵੀ ਆਉਂਦੀਆਂ ਸੀਗੀਆਂ ਕਾਲਾਂ, ਅਤੇ ਆਪਾਂ ਸੋਮਵਾਰ ਦਾ ਪਲੈਨ ਬਣਾ ਰਹੇ ਸੀਗੇ ਵੀ ਆਪਾਂ ਕਾਲ ਦਈਏ, ਪਰ ਸੋਮਵਾਰ ਤਾਂ ਆਇਆ ਹੀ ਨਹੀਂ, ਸ਼ਨੀਵਾਰ ਨੂੰ ਹੀ ਜਾਣੀ ਕਿ ਸੋਰੀ ਸ਼ੁੱਕਰਵਾਰ ਰਾਤ ਸ਼ਾਮ ਨੂੰ ਹੀ ਹਮਲਾ ਹੋ ਗਿਆ। ਜਿੱਦਾਂ ਤੁਸੀਂ ਦੱਸਿਆ ਰਾਤ ਤੁਸੀਂ ਵੀ ਨਵਦੀਪ ਨੂੰ ਮਿਲੇ ਸੀ, ਤੁਹਾਡੇ ਆਗੂ ਵੀ ਮਿਲੇ ਸੀ, ਨਵਦੀਪ ਨੇ ਕੋਈ ਗੱਲਬਾਤ ਕੀਤੀ? ਨਵਦੀਪ ਨੇ ਕੀ ਦੱਸਿਆ ਕੌਣ ਸੀ ਵਿਅਕਤੀ? ਨਵਦੀਪ ਨੇ ਮੈਨੂੰ ਇਹੀ ਦੱਸਿਆ ਵੀ ਮੈਂ ਪਛਾਣਿਆ ਨਹੀਂ, ਕਿਉਂਕਿ ਨਵਦੀਪ ਜਾਣਦਾ ਹੀ ਨਹੀਂ ਸੀਗਾ। ਨਵਦੀਪ ਕਹਿੰਦਾ ਮੈਂ ਤਾਂ ਆਪਣਾ ਕੱਲ੍ਹ ਅੱਜ PCS ਦਾ ਪੇਪਰ ਆ ਅਤੇ ਨਵਦੀਪ ਨੇ ਵੀ ਦੇਣਾ ਸੀ, ਉਹ ਆਪਣਾ ਰੋਲ ਨੰਬਰ ਲੈ ਕੇ ਰਾਮਾ ਮੰਡੀ ਤੋਂ ਜਾ ਰਿਹਾ ਸੀ ਘਰ ਵੱਲ ਨੂੰ, ਉਹਦੇ ਨਾਲ ਇੱਕ 11ਵੀਂ 12ਵੀਂ 'ਚ ਪੜ੍ਹਨ ਵਾਲਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਅੱਗੇ, ਅਤੇ ਜਦੋਂ ਨਵਦੀਪ ਦਕੋਹਾ ਉਧਰੋਂ ਉਹਨੇ ਦੱਸਿਆ ਵੀ ਮੁੰਡੇ ਮੈਨੂੰ ਫੋਲੋ ਕਰ ਰਹੇ ਸੀਗੇ, ਜਿੱਦਾਂ ਟੀਮਾਂ ਦੇ ਵਿੱਚ ਆ ਰਹੀਆਂ ਸੀ, ਇੱਕ ਟੀਮ ਜਾਣੀ ਕਿ ਉੱਥੇ ਤੱਕ ਛੱਡ ਕੇ ਜਾਂਦੀ ਸੀ, ਦੂਜੀ ਟੀਮ ਮਗਰ ਲੱਗ ਜਾਂਦੀ ਸੀ, ਇੱਕ ਟੀਮ ਉੱਥੇ, ਮਤਲਬ ਪੂਰਾ ਫੀਲਡਿੰਗ ਲੱਗੀ ਸੀ ਮੇਰੇ ਸੈੱਟ ਹੋਈ ਸੀਗੀ। ਉਹ ਕਹਿੰਦਾ ਮੈਂ ਉਦੋਂ ਵੀ ਨਹੀਂ ਗੌਰ ਕੀਤਾ ਜਦੋਂ ਭੀੜੀ ਗਲੀ ਚਾਨਣ ਚੌਂਕ ਦਕੋਹਾ ਦੇ ਕੋਲ ਕਿ ਭੀੜੀ ਗਲੀ ਆਈ ਤਾਂ ਉੱਥੇ ਜਿਹੜਾ ਹਮਲਾ ਤੇਜ਼ ਕਰ ਦਿੱਤਾ ਗਿਆ, ਮੇਰੇ 'ਤੇ ਦਬਾ ਦਬ ਜਾਣੀ ਉੱਤਰ ਕੇ ਹਮਲਾ ਕਰ ਦਿੱਤਾ, ਉਹ CCTV 'ਚ ਵੀ ਅਸੀਂ ਦੇਖਿਆ। ਉਹ ਕਹਿੰਦਾ 5 ਬੰਦੇ ਤਾਂ ਅਸੀਂ ਦੇਖੇ ਮੋਟਰਸਾਈਕਲਾਂ ਤੋਂ ਉੱਤਰਦੇ ਵੀ ਜਿਹੜੇ CCTV 'ਚ ਆਏ ਆ, ਅਤੇ 6 ਬੰਦੇ ਕਹਿੰਦਾ ਪਹਿਲਾਂ ਗਲੀ 'ਚ ਵੀ ਖੜ੍ਹੇ ਸੀ, ਉਹ ਗਲੀ ਜਿਹੜੀ ਅੰਦਰ ਜਾਂਦੀ ਆ ਉੱਥੋਂ ਜਾਣੀ ਕਿ 11-12 ਜਣਿਆਂ ਨੇ ਹਮਲਾ ਉੱਤੇ ਕੀਤਾ, ਅਤੇ ਪੰਜਾਬ ਪੁਲਿਸ ਕਹਿ ਰਹੀ ਵੀ ਅਸੀਂ ਪੁਲਿਸ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ 3 ਹੀ ਬੰਦੇ ਆ, ਹੋਰ ਕੋਈ ਹੈ ਹੀ ਨਹੀਂ। ਜਿੱਦਾਂ ਕੱਲ੍ਹ ਰਾਤ ਪਵਨ ਘੁਮਾਟੀ ਨੂੰ ਆਦਮਪੁਰ ਦੇ ਜਿਹੜੇ MLA ਉਹ ਵੀ ਉੱਥੇ ਆਏ ਸੀਗੇ, ਰਾਤ ਨੂੰ ਨਾਅਰੇਬਾਜ਼ੀ ਵੀ ਹੋਈ, ਉਹਦਾ ਕੀ ਕਾਰਨ ਸੀਗਾ? ਨਾਅਰੇਬਾਜ਼ੀ ਇਸ ਕਰਕੇ ਹੋਈ ਵੀ ਅਸੀਂ ਸਮਝਦੇ ਜਿੰਨੇ ਵੀ ਅਸੀਂ ਆਗੂ ਹਾਂ, ਖਾਸ ਤੌਰ 'ਤੇ ਇਹ ਸਮਾਜ ਜਿਹੜਾ ਪਿਛੜਿਆ ਲਤਾੜਿਆ ਸਮਾਜ ਆ, ਅਸੀਂ ਫੀਲ ਕਰਦੇ ਵੀ ਪੰਜਾਬ ਦੇ ਵਿੱਚ ਅਸੀਂ ਤਾਂ ਸੁਰੱਖਿਅਤ ਹੀ ਹੈ ਨਹੀਂ ਗੇ, ਸਾਨੂੰ ਕਦੋਂ ਵੀ ਕੋਈ ਵੀ ਆ ਕੇ ਜਾਨੋਂ ਮਾਰ ਸਕਦਾ, ਅਤੇ ਪੁਲਿਸ ਦੇ ਖਿਲਾਫ਼ ਜੇ ਜਿੱਦਾਂ ਕੋਈ ਵੀ ਜਿੱਦਾਂ ਵਿਅਕਤੀ ਨੂੰ ਪਤਾ ਲੱਗਦਾ ਆ
ਤਾਂ ਉਹ ਜਿਹੜੀ ਹਾਲ ਚਾਲ ਜਾਣਨ ਨਵਦੀਪ ਧਾਰ ਜਾ ਰਿਹਾ ਉੱਥੇ ਸਿਵਲ ਹਸਪਤਾਲ ਜਾ ਰਿਹਾ ਕਾਫੀ ਅਫਸਰ ਵੀ ਆਏ ਜਾਂ ਕਾਫੀ ਬੈਲ ਵਿਸ਼ਰਸ ਵੀ ਆਏ ਅਤੇ ਜੇ ਕੋਈ ਆਉਂਦਾ ਤਾਂ ਉਹਦਾ ਤਾਂ ਕੋਈ ਨਹੀਂ ਇਤਰਾਜ਼ ਨਹੀਂ ਸਾਨੂੰ ਅਤੇ ਅਸੀਂ ਤਾਂ ਇਹੀ ਗੱਲ ਕਰਦੇ ਵੀ ਮੇਰੇ ਹਿਸਾਬ ਨਾਲ ਸਾਰੀਆਂ ਪਾਰਟੀਆਂ ਨੂੰ ਆਉਣਾ ਵੀ ਚਾਹੀਦਾ ਜੇ ਕੋਈ ਇਹ ਲੋਕਤੰਤਰ ਆ ਦੇਸ਼ ਜੇ ਲੋਕਤੰਤਰ ਦੀ ਮਰਿਆਦਾ ਬਣਾਉਣ ਲਈ ਹਰ ਇੱਕ ਪਾਰਟੀ ਨੂੰ ਆਉਣਾ ਚਾਹੀਦਾ। ਰਾਤ ਨੂੰ ਪੁਲਿਸ ਦੇ ਉੱਚੇ ਅਧਿਕਾਰੀ ਮੌਕੇ 'ਤੇ ਪਹੁੰਚੇ ਸੀ, ਉਹਨਾਂ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦੇ ਸੀ ਨਵਦੀਪ ਨੇ ਹਾਲੇ ਤੱਕ ਸਾਨੂੰ ਕੋਈ ਬਿਆਨ ਨਹੀਂ ਦਿੱਤੇ। ਨਵਦੀਪ ਉਸ ਸਮੇਂ ਕੰਡੀਸ਼ਨ 'ਚ ਨਹੀਂ ਸੀਗਾ। ਨਵਦੀਪ ਨੇ ਤਕਰੀਬਨ 12:30 ਦੇ ਕਰੀਬ ਜਦੋਂ ਉਹਨੂੰ ਥੋੜ੍ਹੀ ਹੋਸ਼ ਆਈ ਆ ਤਾਂ ਉਹਨੇ ਆਪਣੇ ਸਟੇਟਮੈਂਟ ਲਿਖਾਈ ਆ, ਪੁਲਿਸ ਨੂੰ ਸਟੇਟਮੈਂਟ ਅਸੀਂ ਲਿਖਾ ਦਿੱਤੀ ਆ। ਉਸ ਸਟੇਟਮੈਂਟ ਦੇ ਆਧਾਰ 'ਤੇ ਪਰਚਾ ਵੀ ਜਿਹੜਾ ਕਹਿੰਦੇ ਦਰਜ ਹੋਇਆ ਆ, ਪਰ ਮੈਨੂੰ ਪਤਾ ਨਹੀਂ ਵੀ ਪਰਚਾ ਕੀ ਕੀਤਾ ਇਹਨਾਂ ਨੇ। ਇੱਕ ਮੁੰਡੇ ਦੀ ਹੱਡੀ ਟੁੱਟੀ ਆ ਅਤੇ ਪਰਚਾ 323 ਦਾ ਬਣ ਰਿਹਾ ਅਤੇ ਨਾਲ ਉਹਦੇ 307 ਲਾਤੀ। ਮਤਲਬ ਇਹ ਦੋਨਾਂ ਚੀਜ਼ਾਂ ਦਾ ਮੇਲ ਹੀ ਕੋਈ ਨਹੀਂ ਗਾ। 326 ਅਤੇ 307 ਦਾ ਮੇਚ ਹੋਇਆ, ਜੇ ਹੱਡੀ ਟੁੱਟੀ ਤਾਂ 326 ਬਣਦੀ ਆ। ਮੈਂ ਸਮਝਦਾ ਵੀ ਇਹ ਜਿਹੜੀ ਗੱਲ ਆ ਵੀ ਮੈਨੂੰ ਲੱਗਦਾ ਵੀ ਸਰਕਾਰ ਆਪਣੀ ਯੋਜਨਾ 'ਚ ਵੀ ਕਾਮਯਾਬ ਹੋ ਗਈ, ਸਾਡੇ ਬੰਦੇ ਨੂੰ ਰੱਦੀ ਵੀ ਕਰ ਦਿੱਤਾ ਔਰ ਸਰਕਾਰ ਨੇ ਇਹ ਵੀ ਗੱਲ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਲਿਆ। ਅਗਰ ਨਵਦੀਪ ਨੂੰ ਸਹੀ ਤਰੀਕੇ ਨਾਲ ਯਾਨੀ ਕਿ ਇਨਸਾਫ਼ ਨਹੀਂ ਮਿਲਦਾ, ਪ੍ਰੋਟੈਸਟ ਕਿੱਥੇ ਤੱਕ ਜਾਏਗਾ? ਪ੍ਰੋਟੈਸਟ ਪਰਸੋਂ ਨੂੰ ਜਲੰਧਰ ਬੰਦ ਦੀ ਕਾਲ ਦੇ ਦਿੱਤੀ ਗਈ ਆ ਵੀ ਸਾਨੂੰ 12 ਘੰਟੇ ਦੇ ਵਿੱਚ ਜਾਂ 24 ਘੰਟੇ ਦੇ ਵਿੱਚ ਅਸੀਂ ਜਸਟ ਜਿਹੜੀ ਆ ਅਸੀਂ ਸੈਟਿਸਫਾਈਡ ਨਹੀਂ ਹੁੰਦੇ, ਸਾਡੇ ਆਗੂ ਸਾਹਿਬਾਨ ਜਿਹੜੀ ਕਾਰਵਾਈ ਤੋਂ ਸੈਟਿਸਫਾਈ ਨਹੀਂ ਹੁੰਦੇ ਤਾਂ ਪੰਜਾਬ ਪੁਲਿਸ ਦੇ ਖਿਲਾਫ਼, ਜਲੰਧਰ ਪੁਲਿਸ ਦੇ ਖਿਲਾਫ਼ ਅਤੇ ਪੰਜਾਬ ਦੇ ਕਾਂਗਰਸ ਸਰਕਾਰ ਦੇ ਖਿਲਾਫ਼, ਗੁੰਡਾ ਸਰਕਾਰ ਦੇ ਖਿਲਾਫ਼ ਸੋਮਵਾਰ ਨੂੰ ਜਲੰਧਰ ਦਾ ਜਿਹੜਾ ਆ ਵਿਦਿਆਰਥੀ ਵਰਗ ਅਤੇ ਦਲਿਤ ਸਮਾਜ ਸਾਂਝੇ ਤੌਰ 'ਤੇ ਸੜਕਾਂ 'ਤੇ ਉਤਰੂਗਾ। ਇਸ ਮਾਮਲੇ ਬਾਰੇ DCP ਗੁਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ ਇਨ੍ਹਾਂ ਆਰੋਪੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। CCTV ਦੇ ਆਧਾਰ 'ਤੇ ਬਾਕੀ ਆਰੋਪੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਮਾਮਲਾ ਕੀ ਸੀਗਾ? ਅੱਜ ਕੁਛ ਸਟੂਡੈਂਟ ਵੱਲੋਂ ਅੱਜ ਪ੍ਰੋਟੈਸਟ ਕੀਤਾ ਗਿਆ CP ਆਫਿਸ ਦੇ ਬਾਹਰ, ਕੀ ਕਹਿਣਾ? ਇਹ ਨਵਦੀਪ ਸਿੰਘ ਮੁੰਡਾ ਦਕੋਏ ਤੋਂ ਹੈ। ਇਹ ਪੋਸਟ ਮੈਟ੍ਰਿਕ ਜਿਹੜਾ SC ਸਕਾਲਰਸ਼ਿਪ ਦਾ ਉਹਨੂੰ ਇਹ ਰੀਪ੍ਰਜੈਂਟ ਕਰਦਾ, ਉਹਨਾਂ ਦੇ ਕਰਿਆ ਇਸ਼ੂ ਰੇਜ਼ ਕਰਦਾ ਸਾਰੇ। ਇਹ ਕੱਲ੍ਹ ਕੋਈ 7:45 ਵਜੇ ਜਿਹੜਾ ਨਾ ਆਪਣੇ ਬਾਜ਼ਾਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ, ਉੱਥੇ ਦਕੋਆ ਜੰਜ ਘਰ ਦੇ ਲਾਗੇ ਇਹਦੇ 'ਤੇ 4-5 ਬੰਦਿਆਂ ਨੇ ਜਿਹੜਾ ਅਟੈਕ ਕੀਤਾ। ਇਹਦੀ ਸਟੇਟਮੈਂਟ ਦੇ ਮੁਤਾਬਕ ਜਿਹੜਾ ਇਹ ਕਹਿੰਦਾ ਵੀ ਇੱਕ ਨੋਨ ਸੀਗਾ ਕਿ ਕਾਰਤਿਕ ਨਾਂ ਦਾ ਮੁੰਡਾ, ਕਾਰਤਿਕ ਪਠਾਣੀਆ, ਦੂਸਰੇ 13-14 ਜਾਣੇ ਜਿਹੜੇ ਅਨਨੋਨ ਸੀਗੇ ਉਹਨਾਂ ਨੇ ਇਹਨੂੰ ਅਟੈਕ ਕੀਤਾ। ਅਸੀਂ ਇਹਨੂੰ ਇਮੀਡੀਏਟਲੀ ਉੱਥੇ ਹੋਸਪਿਟਲ ਇਹਨੂੰ ਰਸ਼ ਉੱਥੇ ਖੜਿਆ, ਉੱਥੇ ਜਾ ਕੇ ਜਿਹੜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਤੇ ਜਿਹੜੀ ਇਹਦੀ FIR ਲੌਂਚ ਕੀਤੀ। ਅਸੀਂ ਤੁਰੰਤ ਹੀ ਜਿਹੜੇ ਆਪਣੀਆਂ ਪਾਰਟੀਆਂ ਨੂੰ ਜਿਹੜਾ ਇਹਨਾਂ ਜਿੱਦਾਂ ਵੀ ਇਹਨਾਂ 'ਤੇ ਭੇਜ ਕੇ ਰੇਡ ਕਰਕੇ ਅਤੇ 3 ਬੰਦੇ ਜਿਹੜੇ ਅਸੀਂ ਮੌਕੇ ਤੋਂ ਜਿਹੜੇ ਅਰੈਸਟ ਕਰ ਰਹੇ ਹਾਂ। ਸਰ, ਜਿਹੜੇ ਬੰਦੇ ਅਰੈਸਟ ਕੀਤੇ, ਕੀ ਨਾਮ ਹੈ, ਕਿੱਥੇ ਦੇ ਰਹਿਣ ਵਾਲੇ? ਇਹ ਜਿਹੜੇ ਕਾਰਤਿਕ ਪਠਾਣੀਆਂ ਵੈ ਅਤੇ ਇੱਕ ਜਿਹੜਾ ਕਮਲਪ੍ਰੀਤ ਹੈ, ਇਹ ਪੰਡੋਰੀ ਨਿਜਰਾਂ ਦੇ ਨੇ, ਅਤੇ ਜਿਹੜਾ ਥਰਡ ਵਨ ਹੈ ਜਿਹੜਾ ਲਵਪ੍ਰੀਤ, ਇਹ ਜਿਹੜਾ ਜੌਲਾਂ ਦਾ ਵੈ ਜੀ। ਅਤੇ ਜਿਹੜੇ 3 ਲੜਕੇ ਫੜੇ, ਇਹਨਾਂ ਦੇ ਫਾਦਰ ਕੀ ਕਰਦੇ ਆ? ਉੱਪਰ 2 ਜਿਹੜੇ ਉਹਦੇ ਮੁਲਾਜ਼ਮ ਨੇ ਜੀ, ਅਤੇ ਜਿਹੜਾ ਲਵਪ੍ਰੀਤ ਹੈ ਇਹ ਮੁੰਡਾ ਨਹੀਂ, ਇਹ ਵੀ ਪੜ੍ਹਦਾ, 3 ਪੜ੍ਹਦੇ ਆ ਮੁੰਡੇ। ਜਿੱਦਾਂ ਤੁਸੀਂ ਦੱਸਿਆ 2 ਦੇ ਫਾਦਰ ਪੁਲਿਸ ਮੁਲਾਜ਼ਮ ਲੱਗੇ, ਕਿਹਦੇ ਕਿਹਦੇ ਫਾਦਰ ਪੁਲਿਸ ਮੁਲਾਜ਼ਮ 'ਚ ਲੱਗੇ ਤਾਂ ਕਿੱਥੇ ਕਿੱਥੇ ਲੱਗੇ ਅਤੇ ਕੀ ਰੈਂਕ 'ਤੇ ਲੱਗੇ ਆ? ਇੱਕ ਕਾਰਤਿਕ ਪਠਾਣੀਆ, ਕਮਲਪ੍ਰੀਤ, ਦੋਨਾਂ ਦੇ ਜਿਹੜੇ ਫਾਦਰ ਜਿਹੜੇ ASI ਨੇ, ਇੱਕ ਮਾਨਸਾ ਪੋਸਟਡ ਹੈ, ਇੱਕ ਫਲੌਰ ਪੋਸਟਡ ਹੈ। ਜੇ ਗੱਲ ਕਰੀਏ ਧਾਰਾ ਦੀ, FIR ਲਾਂਚ ਕਿਹੜੀ ਹੋਈ ਹੈ ਅਤੇ ਧਾਰਾ ਕਿਹੜੀ ਲਗਾਈ ਗਈ? ਧਾਰਾ ਵੇਖੋ, ਇਹ 'ਚ ਲੱਗੀ ਜਿਹੜੀ 307 ਲੱਗੀ ਹੈ, 323 ਹੈ, SC ST ਐਕਟ ਲੱਗਾ, ਕਿਉਂਕਿ ਨਵਦੀਪ ਜਿਹੜਾ ਹੀ ਬਿਲੋਂਗਸ ਟੂ SC ਕਾਸਟ। ਸੋ ਇਹਦਾ ਬਾਅਦ ਫਰਦਰ ਜਿਹੜਾ ਅਸੀਂ ਹੁਣ ਜਿਹੜਾ ਮੌਕੇ ਤੋਂ ਜਿਹੜਾ CCTV ਫੁਟੇਜ ਜਿਹੜਾ ਉਹਨੂੰ ਐਗਜ਼ਾਮਿਨ ਕਰ ਰਹੇ ਹਾਂ, ਇਹਦੇ ਵਿੱਚ ਜਿੰਨੇ ਵੀ ਨੰਬਰ ਆਫ ਜਿਹੜੇ ਪਾਰਟੀਸਪੈਂਟਸ ਹੋਏ ਉਹ ਸਾਰੇ ਅਸੀਂ ਅਰੈਸਟ ਕਰਾਂਗੇ ਇਹਦੇ ਵਿੱਚ। ਅਤੇ ਅੱਜ ਧਰਨਾ ਲਾਉਣ ਦਾ ਕੀ ਕਾਰਨ ਕੀ ਸੀ ਇਹਨਾਂ ਦਾ? ਧਰਨਾ ਇਹਨਾਂ ਨੇ ਲਾਇਆ ਸੀਗਾ ਵੀ ਜਿਹੜੇ ਬਾਕੀ ਸਾਡੇ ਬੰਦੇ ਵੀ ਅਰੈਸਟ ਕਰੋ, ਦੱਸਤਾ ਉਹਨਾਂ ਨੂੰ, ਉਹਦੇ ਰਿਪ੍ਰਜੈਂਟੇਟਿਵ ਆਏ ਸੀਗੇ, ਉਹਨਾਂ ਨੂੰ ਸਮਝਾਤਾ ਵੀ ਸਾਨੂੰ ਤਫਤੀਸ਼ ਕਰਨ ਦਿਉ, ਅਸੀਂ ਜਿਹੜਾ ਟੈਕਨੀਕਲੀ ਇਹਨੂੰ ਜਿਹੜਾ ਬਕੂਏ ਦਾ ਜਿਹੜਾ ਉਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਹੋਰ ਇਨਵੋਲਵ ਨੇ। ਅਸੀਂ CCTV ਫੁਟੇਜ ਵੀ ਦੇਖੀ, ਤੁਸੀਂ CCTV ਫੁਟੇਜ ਕੀ ਦਿਖਦਾ ਪਿਆ? CCTV ਫੁਟੇਜ ਐਗਜ਼ਾਮਿਨ ਕਰ ਰਹੇ, ਉਹਦੇ ਤੱਕ ਕਲੀਅਰ ਨਹੀਂ ਹੋ ਰਿਹਾ, ਅਸੀਂ ਹੋਰ ਵੀ ਸੱਜੇ ਖੱਬੇ ਜਿਹੜੀਆਂ ਰਿਟਰੀਵ ਕਰ ਰਹੇ ਹਾਂ, ਉਹਦੇ ਬਾਅਦ ਫਿਰ ਕਲੀਅਰ ਕਰਾਂਗੇ ਸਾਰਾ। ਜਿਵੇਂ ਜਿਵੇਂ ਸਾਨੂੰ ਕਲੀਅਰ ਹੁੰਦੀ ਗਈ ਸਾਡੇ ਵੀ ਆਹ ਬੰਦੇ ਜਿਹੜੇ ਇਸ ਇੰਸੀਡੈਂਟ ਦੇ ਵਿੱਚ ਇਨਵੋਲਵ ਨੇ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਰੈਸਟ ਕਰਾਂਗੇ। Finding for a school to enroll in? Do you want to enhance your skills and abilities? Don't worry. Lala Kasturi Lal Sarvatkari Senior Secondary Vidya Mandir, affiliated to CBSE, offers you complete facilities of
computer lab, high quality education, friendly environment with affordable fee structure and facility of Shishu Vatika for kids. Admission open from now for LKG to 9 and plus 1 in all streams. What are you waiting for? Build your child future at Lala Kasturi Lal Sarvitkari Senior Secondary Vidya Mandir, Mehraj Road, Rampura Phool, District Bathinda. Contact on 01651505076 and 505077. Are you worried about your child future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus 1 in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 998847-2857. For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279.